ਸੰਦਲੀ ਪੈੜਾਂ ਬਹੁਤ ਤਾਲ ਵਿੱਚ ਗਿੱਧਾ ਜੇ ਤੂੰ ਪਾਉਣਾ ਨਹੀਂ ਜਾਣਦੀ ਲੱਕ ਨਾਲ ਠੁਮਕਾ ਲਗਾਉਣਾ ਨਹੀਂ ਜਾਣਦੀ। ਮੈਂ ਕਹਿੰਦੀ ਹਾਂ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਤੂੰ ਕਾਹਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ। ਸੋ ਵੀ ਆਰ ਪ੍ਰਾਊਡ ਪੰਜਾਬੀਸ, ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਢੋਲ ਵਜੇ ਡਗਾ ਵਜੇ ਅਤੇ ਅਸੀਂ ਨੱਚਣ ਨੂੰ ਤਿਆਰ ਰਹਿੰਦੇ ਹਾਂ। ਅਤੇ ਸਾਡੀ ਅਗਲੀ ਪਰਫੋਰਮੈਂਸ ਅਰਲੀਨ ਜੀ ਦੱਸਣਗੇ ਕਿ ਹੁਣ ਨੈਕਸਟ ਕੰਪੀਟੀਸ਼ਨ ਹੋਣ ਜਾ ਰਿਹਾ ਹੈ ਜੀ। ਬਿਲਕੁਲ, ਜਿੱਦਾਂ ਕਿ ਮੈਂ ਕਿਹਾ ਕਿ ਹਰ ਸਾਲ ਇਸ ਇਵੈਂਟ ਦਾ ਜਿਹੜੀ ਇੱਕ ਹਾਈਲਾਈਟ ਰਹਿੰਦੀ ਹੈ, ਸਾਰੀ ਪਰਫੋਰਮੈਂਸਿਸ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਆਈਟਮ ਹੁੰਦੀ ਹੈ, ਪਰ ਮੈਨੂੰ ਲੱਗਦਾ ਇੱਕ ਜਿਹੜੀ ਆਈਟਮ ਕੰਸਿਸਟੈਂਟਲੀ ਹਰ ਸਾਲ ਹੁੰਦੀ ਰਹੀ ਹੈ ਉਹ ਹੈ ਮਿਸ ਅਤੇ ਮਿਸਿਸ ਤੀਆਂ ਦਾ ਕੰਪੀਟੀਸ਼ਨ। ਉਹ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾਂ ਅਸੀਂ ਮਿਸ ਤੀਆਂ ਦਾ ਕੰਪੀਟੀਸ਼ਨ ਕਰਾਂਗੇ, ਨਾਲ ਦੀ ਨਾਲ ਹੀ ਮਿਸਿਸ ਤੀਆਂ ਹੋ ਜਾਏਗਾ। ਅਤੇ ਕੰਪੀਟੀਸ਼ਨ ਬਹੁਤ ਹੀ ਸਿੰਪਲ ਹੈ। ਜਦੋਂ ਜੋ ਵੀ ਸਾਡਾ ਕੰਟੈਸਟੈਂਟ ਹੈ ਉਹਨੇ ਸਟੇਜ 'ਤੇ ਆਉਣਾ, ਛੋਟੀ ਜਿਹੀ ਇੰਟਰੋਡਕਸ਼ਨ ਦੇਣੀ ਹੈ, ਬਹੁਤ ਲੰਬੀ ਚੌੜੀ ਨਹੀਂ, 2-3 ਲਾਈਨਾਂ ਦੀ ਇੰਟਰੋਡਕਸ਼ਨ ਦੇਣੀ ਆ। ਅਤੇ ਉਹ ਤੋਂ ਬਾਅਦ ਜੱਜਸ ਉਹਨਾਂ ਨੂੰ ਇੱਕ ਸਵਾਲ ਪੁੱਛਣਗੇ। ਅਤੇ ਮੇਰੀ ਰਿਕੁਐਸਟ ਹੈ, ਵੈਸੇ ਤਾਂ ਆਲਵੇਜ਼ ਉਹ ਜੱਜਸ ਇਸ ਚੀਜ਼ ਨੂੰ ਕੰਸਿਡਰ ਕਰਦੇ ਆ ਕਿ ਜਿਹੜਾ ਮਿਸ ਤੀਆਂ ਦਾ ਕੰਪੀਟੀਸ਼ਨ ਹੈ ਉਹਦੇ ਵਾਸਤੇ ਸਪੈਸ਼ਲੀ ਸੌਖਾ ਸਵਾਲ ਪੁੱਛਿਓ, ਤਾਂ ਕਿ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਹੌਸਲਾ ਮਿਲੇ ਕਿ ਜਿੰਨੀ ਕੁ ਪੰਜਾਬੀ ਉਹ ਇੱਥੇ ਸਿੱਖ ਪਾਈਆਂ ਉਸ ਹਿਸਾਬ ਦਾ ਉਹਨਾਂ ਨੂੰ ਸਵਾਲ ਪੁੱਛਿਓ। ਮਿਸਿਸ ਦੀਆਂ ਗੋ ਫੋਰ ਇਟ, ਪੁੱਛਿਓ ਜਿੰਨਾ ਤੁਹਾਡੇ ਤੋਂ ਔਖਾ ਪੁੱਛਿਆ ਜਾਂਦਾ। ਅਤੇ ਇਟ ਇਜ਼ ਫਨੀ, ਮੈਂ ਦੱਸਦੀ ਹਾਂ, ਮੈਂ ਕੱਲ੍ਹ ਆਈਡੋਂਟ ਨੋ ਕਿਸੇ ਨੂੰ ਪਤਾ ਕਿ ਨਹੀਂ, ਪਰ ਕੋਈ ਨਿਊਜ਼ ਦੀ ਗੱਲ ਹੋ ਰਹੀ ਸੀ ਅਤੇ ਹਜੇ ਤੱਕ ਵੀ ਬਹੁਤ ਐਵੇਂ ਦੇ ਸ਼ਬਦ ਹੈ ਜਿਹੜੇ ਮੈਨੂੰ ਵੀ ਨਹੀਂ ਆਉਂਦੇ। ਆਈਡੋਂਟ ਨੋ ਕਿਸੇ ਨੂੰ ਪਤਾ ਕਿ ਨਹੀਂ, ਪਰ ਨਿਊਜ਼ 'ਚ ਲਿਖਿਆ ਹੋਇਆ ਸੀ ਫਲਾਣਾ ਬੰਦਾ ਰੂਪੋਸ਼ ਹੋ ਗਿਆ। ਆਈ ਹੈਡ ਨੋ ਆਈਡੀਆ ਵਟ ਦੈਟ ਵਾਜ, ਗਾਇਬ ਹੋ ਗਿਆ, ਰਾਈਟ? ਯੈ, ਮੈਨੂੰ ਵੀ ਨਹੀਂ ਪਤਾ ਸੀ। ਦ ਪੁਆਇੰਟ ਬੀਇੰਗ, ਇਟਸ ਓਕੇ, ਨਹੀਂ ਪਤਾ ਹੁੰਦੇ। ਸਾਰਾ ਪੰਜਾਬ ਦੀ ਜਿਹੜੀ ਪੰਜਾਬੀ ਭਾਸ਼ਾ ਹੈ ਬਹੁਤ ਰਿਚ ਹੈ, ਬਹੁਤ ਵਾਈਡ ਹੈ, ਇਹਦੇ ਸਾਰੇ ਸ਼ਬਦ ਸਾਰਿਆਂ ਨੂੰ ਆਉਣੇ। ਅਤੇ ਉਹਦੇ ਵਿੱਚ ਵੀ ਜਿੱਦਾਂ ਆਪਣੇ ਮਾਝਾ, ਮਾਲਵਾ, ਦੁਆਬਾ, ਉਹਦੇ 'ਚ ਵੀ ਫਰਕ ਹੁੰਦਾ। ਮੈਨੂੰ ਪਤਾ ਤੁਸੀਂ ਰੇਡੀਓ 'ਤੇ ਇੱਦਾਂ ਇੱਦਾਂ ਦੇ ਸਵਾਲ ਇਹ ਲੈ ਕੇ ਆਉਂਦੀ ਹਰਸੀਨ, ਮੈਂ ਕਹਿੰਦੀ ਮੈਨੂੰ ਨਹੀਂ ਪਤਾ ਹੈਗੇ, ਹੈ ਨਾ? ਸੋ ਇਟ ਇਜ਼ ਹਾਰਡ, ਬਟ ਦੈਟਸ ਓਕੇ। ਬਟ ਇਸਪੈਸ਼ਲੀ ਫੋਰ ਦ ਯੰਗ ਗਰਲਸ, ਵੀ ਵਾਂਟ ਟੂ ਇਨਕਰੇਜ ਦੈਮ ਕਿ ਇਟਸ ਓਕੇ ਟੂ ਕਮ ਅਪ ਔਨ ਦ ਸਟੇਜ, ਇਟ ਸੈਲਫ ਇਜ਼ ਅ ਵਿਨ। ਸੋ ਪਲੀਜ਼, ਜਿਹਨੇ ਇਸ ਵਾਰੀ ਪਾਰਟੀਸਪੇਟ ਕੀਤਾ ਗੁੱਡ, ਜਿਹਨੇ ਨਹੀਂ ਕੀਤਾ ਉਹ ਅਗਲੀ ਵਾਰ ਵਾਸਤੇ ਥੋੜ੍ਹਾ ਜਿਹਾ ਇਨਕਰੇਜਮੈਂਟ ਇੱਥੋਂ ਲੈ ਕੇ ਜਾਓ ਕਿ ਇੱਥੇ ਆ ਕੇ ਸਟੇਜ 'ਤੇ ਇੱਥੋਂ ਬੋਲਣਾ, ਇੱਥੋਂ ਪਾਰਟੀਸਪੇਟ ਕਰਨਾ, ਉਹ ਇਟ ਸੈਲਫ ਇੱਕ ਜਿੱਤ ਹੈ ਜਿਹੜੀ ਤੁਹਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਜੇ ਮੌਕਾ ਮਿਲਦਾ ਤਾਂ ਉਹ ਲੈਣੀ ਜ਼ਰੂਰ ਚਾਹੀਦੀ ਹੈ। ਸੋ ਇੰਨੀ ਕੁ ਬੇਨਤੀ ਦੇ ਨਾਲ ਜਿਹੜੀਆਂ ਸਾਡੀਆਂ ਮਿਸ ਦੀਆਂ ਕੰਪੀਟੀਸ਼ਨ ਦੀਆਂ ਕੰਟੈਸਟੈਂਟਸ ਨੇ ਉਹਨਾਂ ਨੂੰ ਮੈਂ ਆਈ ਥਿੰਕ ਅਦੇ ਦੇਰ ਆਮ ਗੋਇੰਗ ਟੂ ਸਟਾਰਟ ਟੇਕਿੰਗ ਦ ਨੇਮਸ ਐਂਡ ਦੈਨ ਵਿਲ ਸੀ ਜਿਹੜਾ ਆ ਗਿਆ ਆ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬਟ ਮੇਰੀ ਇੱਕ ਗੁਜ਼ਾਰਿਸ਼, ਜੱਜਸ ਤੁਹਾਡੇ ਕੋਲ ਇੱਕ ਮਾਈਕ ਹੈਗਾ ਕਿ ਨਹੀਂ ਹੈਗਾ? ਇੱਕ ਵੀ ਨਹੀਂ ਹੈਗਾ ਭਾਅ ਜੀ? ਡੀ ਜੇ ਵਾਲੇ ਭਾਅ ਜੀ, ਇੱਕ ਮਾਈਕ ਆਪਾਂ ਜੱਜਸ ਨੂੰ ਦੇ ਸਕਦੇ ਹਾਂ? ਵੀ ਹੈਵ ਗੋਟ ਵਨ ਮੋਰ ਸਪੇਅਰ ਮਾਈਕ, ਜਿਹੜੇ ਜੱਜਸ ਨੂੰ ਆਪਾਂ ਸਵਾਲ ਪੁੱਛਣ ਵਾਸਤੇ ਦੇ ਸੀਗੇ। ਥੈਂਕ ਯੂ ਵੈਰੀ ਮੱਚ। ਅਤੇ ਹਰਸੀਨ, ਸ਼ੁਰੂ ਕਰੀਏ ਮਿਸ ਦੀਆਂ ਦਾ ਕੰਪੀਟੀਸ਼ਨ ਜੀ। ਅਤੇ ਜਿਵੇਂ ਹਰਲੀਨ ਜੀ ਨੇ ਦੱਸਿਆ ਕਿ ਪਹਿਲਾਂ ਆਪਾਂ ਮਿਸ ਤੀਆਂ ਕਰਵਾਵਾਂਗੇ ਐਂਡ ਦੈਨ